बिना ब्रेक की खबरों का सिलसिला लगातार जारी है। अब हम आपको ले चलते हैं पंजाब, जहां पंजाब में भगवंत मान सरकार के खोखले दावों की पोल खुलती नजर आ रही है। बता दें कि तरन तारण जिले के गांव पहुविंद साही में 4 महीने पहले खोले गए मोहल्ला क्लिनिक की साही का मंजीदर कोर क्लिनिक खुलने के समय से करीब 1 घंटा देरी से पहुंचती है, जिसका क्लिनिक पर आने वाले लोगों को काफी परेशानियों का सामना करना पड़ता है। इस संबंध में जब श्री महाकाल लोक टीवी के संवाददाता ने आम आदमी पार्टी के ब्लॉक अध्यक्ष जलजिंदर सिंह से संपर्क किया तो उन्होंने भी क्लिनिक सहायिका का पक्ष लिया है। देखिए पूरी खबर। डॉक्टर टीम वेखो जी, महला क्लिनिक बनाया है आम आदमी पार्टी सरकार ने, सरदार भगवंत सिंह मान जी ने, MLA सरदार सरवंत सिंह धुंद जी ने। साडी सरकार ने महला क्लिनिक बनाया इसे करके भी लोगों नूं सहूलतां मिलन, इलाज खुणों लोग मरन ना, ते असीं वध तों वध इत्थे कोशिश करनी आ कि दवाइयां लोगों नूं वध तों वध वधिया मिल सकन। पर अजे तक डॉक्टर साहब इत्थे नहीं आए, ਉਦਘਾਟਨ ਨਹੀਂ ਹੋਇਆ ਮਹੱਲਾ ਕਲੀਨਿਕ ਦਾ। ਠੀਕ ਆ ਜੀ, ਡਾਕਟਰ ਸਾਹਿਬ ਆ ਜਾਂਦੇ ਆ, ਮਹੱਲਾ ਕਲੀਨਿਕ ਦਾ ਉਦਘਾਟਨ ਹੋਊਗਾ, ਤੁਹਾਨੂੰ ਵੀ ਬੁਲਾਵਾਂਗੇ, MLA ਸਾਹਿਬ ਵੀ ਆਉਣਗੇ, ਉਸ ਤੋਂ ਇਹ ਪ੍ਰੋਪਰ ਚਾਲੂ ਹੋਣਾ ਹੈ। ਕੋਵਿਡ ਸਰ ਸਰ ਕੋਵਿਡ ਸਰ ਕਿੰਨਾ ਸਟਾਫ ਹੈ ਟੋਟਲ ਤੁਹਾਡਾ? ਸਰ ਸਟਾਫ ਇੱਕ ਇੱਥੇ MBBS ਡਾਕਟਰ ਹੁੰਦੇ ਆ, ਅਤੇ ਇੱਕ ਫਾਰਮਾਸਿਸਟ ਆ, ਅਤੇ ਇੱਕ ਕਲੀਨਿਕ ਅਸਿਸਟੈਂਟ ਆ, ਅਤੇ ਜਿਹੜੇ ਡਾਕਟਰ ਆ ਉਹਨਾਂ ਦੀ ਜਵੈਨਿੰਗ ਹੋ ਚੁੱਕੀ ਆ, ਪਰ ਹਾਲੇ ਸਰ ਇੱਥੇ ਆਏ ਨਹੀਂ ਆ, ਥੋੜ੍ਹੇ 1-2 ਦਿਨਾਂ ਤੱਕ ਆ ਜਾਣਗੇ। ਡਾਕਟਰ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਟੋਟਲ ਹੁੰਦਾ? ਡਿਊਟੀ ਸਰ 8 ਵਜੇ ਤੋਂ ਲੈ ਕੇ ਅਤੇ ਆਪਣੇ 2 ਵਜੇ ਤੱਕ ਹੁੰਦੀ ਹੈ ਸਰ। ਸਰ ਡੇਲੀ ਇਹੀ ਟਾਈਮ ਹੋ ਜਾਂਦਾ, ਕਿਉਂਕਿ ਇੱਧਰ ਬੱਸ ਸਰਵਿਸ ਦੀ ਬਹੁਤ ਜ਼ਿਆਦਾ ਪ੍ਰੋਬਲਮ ਆ। ਇੱਧਰ ਮਤਲਬ ਕਿ 7:30 ਤੋਂ ਪਹਿਲਾਂ ਕੋਈ ਵੀ ਬੱਸ ਕਿਸੇ ਵੀ ਰੂਟ ਦੀ ਨਹੀਂ ਚੱਲਦੀ। ਸਰ ਮੈਂ ਪਹਿਲੀ ਬੱਸ ਫੜਦੀ ਹਾਂ, ਅਤੇ ਇੱਧਰ ਆਉਂਦਿਆਂ ਵੀ ਸਰ 1.5-2 ਘੰਟੇ ਮੈਨੂੰ ਲੱਗ ਜਾਂਦੇ ਆਉਂਦੇ। ਮੈਡਮ ਜੀ, ਇਹਦੇ ਬਾਰੇ ਕੋਈ ਉੱਚ ਅਧਿਕਾਰੀਆਂ ਨੂੰ ਦੱਸਿਆ, ਜਾਣੂ ਕਰਾਇਆ ਕਿ ਮੇਰਾ? ਸਰ ਹਾਂਜੀ, ਮੈਂ ਮਤਲਬ ਕਿ ਬਦਲੀ ਵਾਸਤੇ ਵੀ ਆਪਣੇ ਜਿਹੜੇ ਵਾ ਲੈਟਰ ਚੰਡੀਗੜ੍ਹ ਪਹੁੰਚਾ ਚੁੱਕੀ ਹਾਂ ਕਿ ਮੈਨੂੰ ਇੱਧਰ ਬੱਸ ਸਰਵਿਸ ਦੀ ਪ੍ਰੋਬਲਮ। ਹਰ ਇੱਕ ਲੈਟਰ ਦੇ ਵਿੱਚ ਸਰ ਮੈਂ ਇਹੀ ਪ੍ਰੋਬਲਮ ਲਿਖੀ ਹੈ ਕਿ ਬੱਸ ਸਰਵਿਸ ਦੀ ਪ੍ਰੋਬਲਮ ਆ, ਕਿ ਮੈਂ ਆਪਣਾ ਮੇਰੀ ਨੇੜੇ ਕਿਤੇ ਡਿਊਟੀ ਕੀਤੀ ਜਾਵੇ ਤਾਂ ਕਿ ਮੈਂ ਸਮੇਂ ਸਿਰ ਪਹੁੰਚ ਸਕਾਂ ਆਪਣੀ ਡਿਊਟੀ। ਸਰ ਇਹ ਨਹੀਂ ਆ ਕਿ ਮੈਂ ਡਿਊਟੀ ਲੇਟ ਪਹੁੰਚਦੀ, ਮੈਂ ਘਰ ਵੀ ਬਹੁਤ ਜ਼ਿਆਦਾ ਲੇਟ ਪਹੁੰਚਦੀ ਹਾਂ। ਇੱਧਰ ਬੱਸ ਦੀ ਸਰ ਕਿਸੇ ਵੇਲੇ 2 ਵਜੇ ਛੁੱਟੀ ਹੁੰਦੀ, ਮੈਂ 3:30-3:45 'ਤੇ ਵੀ ਬੱਸ ਫੜਦੀ ਹਾਂ ਕਿਸੇ ਟਾਈਮ। ਅਤੇ ਤੁਹਾਡੇ ਨਾਲ ਜਿਹੜੇ ਸੀਨੀਅਰ ਡਾਕਟਰ ਜਿਹੜੇ ਉਹ ਵੀ ਡਿਊਟੀ ਇੱਥੇ ਹੈਗੇ ਨੇ ਜਾਂ ਨਹੀਂ? ਸਰ ਉਹਨਾਂ ਦੀ ਜਵੈਨਿੰਗ ਨਹੀਂ ਹੋਈ। तो चलिए अब बढ़ते अगली खबर की ओर। पंजाब में गुंडागर्दी लगातार बढ़ती जा रही है। फिरोजपुर जिले में किसान के साथ मारपीट का मामला सामने आया है, जहां खेती करने गए किसान को 2 दर्जन से ज्यादा लोगों ने बहरहमी से पीटकर खेत में फेंक दिया। मारपीट की घटना को गांव के ही कुछ लोगों ने अंजाम दिया है। आरोपियों ने किसान को इतनी बहरहमी से पीटा है कि वह जीवन में कभी भी अपने पैरों पर खड़ा नहीं हो पाएगा। हालांकि पुलिस ने मामला दर्ज कर लिया, लेकिन अभी तक आरोपी पुलिस की गिरफ्त से बाहर है और पुलिस मामले की जांच कर रही है। फिरोजपुर से सुखचैन सिंह की रिपोर्ट। बहुत कुट मार की थी, मार के छुट गए। किस जगह पे कुट मार हुई? काले की करने गए थे, पानी लाने गए थे, होटल बंद करने गए। कौन से कुटन वाले? उन्होंने तो ने अपने पिंड च ही पिंड दे। हां, रंजे सकदे सी? हां, रंजे सकदे सी। गगड़ चक दी? नहीं, रंजे सकदे सी। हां, कोई उन्होंने ना मानवे? आहो, माड़ी मोटी पहले पुराना सी, कोई ਪੁਰਾਣੀ ਸੀ। ਕੋਈ ਗੱਲ ਕੋਈ ਗ੍ਰਿਫਤਾਰੀ ਨਹੀਂ, ਕੋਈ ਇਨਸਾਫੀ ਨਹੀਂ ਹੋ ਰਹੀ, ਕੋਈ ਬੰਦਾ ਨਹੀਂ ਫੜਿਆ, ਕੋਈ ਪੁਲਿਸ ਪਈ ਨਹੀਂ ਆ ਕੇ। ਕੋਈ ਸਾਡਾ ਧਮਕੀਆਂ ਦਿੰਦੇ ਆ, ਜਿਹੜੇ ਮਗਰ ਜਾਂਦੇ ਉਹਨਾਂ ਨੂੰ ਵੀ, ਜਿਹੜੇ ਬੱਚੇ ਆ ਉਹਨਾਂ ਨੂੰ ਵੀ। ਸਾਨੂੰ ਤੇ ਬਾਹਰ ਨਹੀਂ ਨਿਕਲਦੇ ਤੇ ਸਾਡੇ ਤੇ ਝੋਨੇ ਸੁੱਕ ਚੱਲੇ ਆ। ਕੋਈ ਇਨਸਾਫੀ ਨਹੀਂ ਹੋਣ ਡਈ, ਉਹਨੂੰ ਮਾਰ ਕੇ ਸੁੱਟ ਦਿੱਤਾ। ਜਿਹੜੇ ਜੀ ਪਿਛਲੇ ਉਹਨਾਂ ਨੂੰ ਵੀ ਪੈਂਦੇ ਆ। ਕਾਰਵਾਈ ਵੀ ਉਹਨਾਂ ਨੂੰ ਗ੍ਰਿਫਤਾਰ ਹੋਣਾ ਚਾਹੀਦਾ।
ਕੀਤਾ ਜੀ, ਇਸ ਤਰ੍ਹਾਂ ਸਾਡਾ ਕੋਈ ਪਿਛਲੇ ਸਾਲ ਥੋੜ੍ਹਾ ਬੜਾ ਕੋਈ ਚੱਕਰ ਹੈਗਾ ਸੀ ਉਹਨਾਂ ਨਾਲ, ਜ਼ਮੀਨ ਦਾ ਝਗੜਾ ਮਾੜਾ ਮਾੜਾ ਜਿਹਾ ਸਾਡਾ ਨਿਬੜ ਗਿਆ ਉਹ, ਅਤੇ ਅਸੀਂ ਤਾਂ ਉਸ ਗੱਲ ਨੂੰ ਲੈਂਦੇ ਨਹੀਂ, ਅਤੇ ਹੁਣ ਉਹਨਾਂ ਨੇ ਆਪ ਵਿੱਚ ਰੰਜੇ ਰੱਖੀ ਆ ਵੀ ਉਹ ਕੰਮ ਦੀ, ਅਤੇ ਇਹ ਜੋ ਹੁਣ ਜ਼ਮੀਨ ਸਾਡੀ ਕਾਲੇ ਕੇ ਥਾੜ ਜਿਹੜੀ ਸਾਡੀ ਜ਼ਮੀਨ ਠੇਕੇ 'ਤੇ ਲਈ ਹੋਈ ਆ ਉਹਨੂੰ ਗੇੜਾ ਮਾਰਨ ਗਿਆ, ਮੋਟਰ ਬੰਦ ਕਰਨ ਗਿਆ ਵੀ ਸ਼ਾਮੀ 9:15 ਦੇ ਟਾਈਮ, ਇਹਨਾਂ ਨੇ ਕੀਤਾ ਵੀ ਉਹ ਬੰਦੇ ਕਰਕੇ 20-25 ਬੰਦੇ ਇਕੱਠੇ ਕਰਕੇ ਉੱਥੋਂ, ਅਤੇ ਉਹਦੇ ਗੱਲ ਪੈ ਗਏ, ਹਮਲਾ ਕਰਤਾ, ਵੱਟ ਮਾਰ ਤਰਲੋਚਨ ਸਿੰਘ ਨਾਲ ਹੋਈ ਮੇਰਾ ਘਰ ਵਾਲਾ, ਕਿੱਥੇ ਗਏ ਸੀਗੇ ਉਹ, ਖੇਤਾਂ 'ਚ ਪਾਣੀ ਲਾਉਣ ਗਏ, ਠੇਕੇ 'ਤੇ ਪੈਲੀ ਲਈ ਆ ਕਾਲੇ ਕੀ ਲਈ ਆ, ਹਾਂ, ਤੇ ਉੱਥੇ 15-20 ਜਾਣੇ ਮਗਰ ਚਲੇ ਗਏ, ਇਹਨਾਂ ਨੇ ਜਾ ਕੇ ਦੇ ਹਮਲਾ ਕਰ ਦਿੱਤਾ, ਕੁੱਟ ਮਾਰ ਕੀਤੀ, ਬਹੁਤ ਜ਼ਿਆਦਾ ਕੁੱਟ ਮਾਰ ਕੀਤੀ ਕਿ ਆਪਦੀ ਉਲੰਬਰ ਨਾਉ ਕਰਕੇ ਸੁੱਟ ਗਏ, ਮੁੜ ਕੇ ਸਾਨੂੰ ਕਿਸੇ ਨੇ ਲਾਗੇ ਫੋਨ ਫਾਨ ਕੀਤੇ, ਅਸੀਂ ਚਲੇ ਗਏ ਹਾਂ, ਜਾ ਕੇ ਚੁੱਕ ਕੇ ਹਸਪਤਾਲ ਲੈ ਗਏ, ਤੇ ਪੁਲਿਸ ਨੂੰ ਵੀ ਰਿਪੋਰਟ ਕਰ ਦਿੱਤੀ, ਕਾਰਵਾਈ ਉਹਨਾਂ ਨੇ ਕੋਈ ਨੀ ਕੀਤੀ, ਹਾਂਜੀ ਫਰਾਰ, ਤੇ ਉਹਨਾਂ ਨੇ ਇੱਕ ਲੱਤ ਵੀ ਕੱਟ ਦਿੱਤੀ ਆ ਡਾਕਟਰਾਂ ਵੱਲੋਂ, ਉਹਨਾਂ ਨੇ ਕੋਈ ਸਾਨੂੰ ਅਜੇ ਦੂਜੀ ਲੱਤ ਦੀ ਵੀ ਕੋਈ ਨਹੀਂ ਦੱਸਦੇ ਵੀ ਜਾਂ ਠੀਕ ਹੋਊਗੀ ਕਿ ਜਾਂ ਨਹੀਂ ਹੋਊਗੀ, ਇੰਨਾ ਕੁੱਟਿਆ, ਬਹੁਤ ਜ਼ਿਆਦਾ ਕੁੱਟਿਆ ਉਹਨਾਂ ਨੇ, ਬਹੁਤ ਜ਼ਿਆਦੀਆਂ ਸੱਟਾਂ ਲਾ ਕੇ ਗਏ, ਉੱਥੇ ਲਾਗੇ ਘਰਾਂ ਵਾਲੇ ਸੀ ਉਹਨਾਂ ਨੇ ਸਾਨੂੰ ਦੱਸਿਆ, ਸਾਨੂੰ ਕੋਈ ਪਤਾ ਨੀ ਕਰੇ, ਉਹਨਾਂ ਨੇ ਸਾਨੂੰ ਦੱਸਿਆ, ਅਸੀਂ ਬਾਅਦ ਚ ਇੱਥੋਂ ਘਰੋਂ ਗਏ, ਸਾਡੇ ਘਰ ਦੇ ਜੀ ਸਾਰੇ ਗਏ, ਇਹਨਾਂ ਜਾ ਕੇ ਮੁੜ ਕੇ ਚੁੱਕਿਆ, ਫਿਲਹਾਲ ਪੰਜਾਬ ਕੀ ਖਬਰੋਂ ਮੇਂ ਇਤਨਾ ਹੀ, ਤਮਾਮ ਜਾਣਕਾਰੀ ਕੇ ਲਿਏ ਆਪ ਬਨੇ ਰਹੇ ਸ਼੍ਰੀ ਮਹਾਕਾਲ ਲੋਕ ਟੀਵੀ ਪਰ, ਨਮਸਕਾਰ।